पंजाब भर विच 25 अगस्त नूं पंजाबी फिल्म मस्ताने रिलीज़ हुई। उदों तों ही लैके मस्ताने फिल्म नूं देखण वालियां दा सिनेमे घरां विच काफी उत्साह वेख्या जा रहा है। अज फिरोजपुर दे सिल्वर सिनेमा विच भी वड्डी गिणती विच नौजवान ते सिख बीबियां अते हर धर्म दे लोक इस फिल्म नूं देखण लई आ रहे हन। इस मस्ताने फिल्म नूं लोक काफी पसंद भी कर रहे हन। हीरो तरसेम जसड़ ते गुरप्रीत घुग्गी ते सारी टीम नूं मुबारकां भी दे रहे हन। लोक इस फिल्म नूं देखण लई अपने परिवारां समेत आ रहे हन। लोकां दा कहना है कि यह फिल्म सिख इतिहास ते साडे विरसे नूं दर्शाउंदी है। इस फिल्म बारे लोकां दा की कहना है, आओ सुनदे हां। फिरोजपुर तों सुखविंदर शांति, LBS न्यूज़ लई खास रिपोर्ट। जिहड़ी इह सिख इतिहास दी जिहड़ी फिल्म अज फिरोजपुर दे सिल्वर बर्ड दे विच मनाई जा रही है, सिख नौजवान जिहड़े ने उभर करके सामने आ रहे ने, क्योंकि इक इतिहास ते पहली बार इह होया कि इतिहास ते इक इस फिल्म नूं दर्शाया जा रहा है। ਨੌਜਵਾਨ ਨੇ ਮਸਤਾਨੇ ਫਿਲਮ ਦੇਖ ਕਰਕੇ ਆ ਰਹੇ ਨੇ, ਪਰ ਬਹੁਤ ਹੀ ਸੋਹਣੀ ਮੂਵੀ, ਜਿਹਨੂੰ ਪਤਾ ਲੱਗਿਆ ਕਿਵੇਂ ਸਿੱਖ ਜਿਹੜੇ ਆ ਉਹ ਕਿਵੇਂ ਦੇ ਕਰਮਾਂ ਤਾਂ ਕਰਦੇ ਨੇ, ਕਿਵੇਂ ਦਾ ਇਤਿਹਾਸ ਸੀ ਸਾਡਾ। ਬਹੁਤ ਹੀ ਜ਼ਿਆਦਾ ਸੋਹਣੀ ਮੂਵੀ, ਇਹੋ ਜਿਹੀਆਂ ਹੋਰ ਬਹੁਤ ਸਾਰੀਆਂ ਮੂਵੀਆਂ ਦੀ ਹੋਈ। ਸੋ ਫਿਲਮ ਨੂੰ ਦੇਖ ਕੇ ਤੁਹਾਡੇ ਅੰਦਰ ਫੀਲਿੰਗ ਕਿੱਦਾਂ ਦੀ ਅੱਜ ਆਈ? ਬਹੁਤ ਹੀ ਜ਼ਿਆਦਾ, ਬਹੁਤ ਹੀ ਪ੍ਰਾਊਡ ਫੀਲ ਹੋਇਆ ਆਪਣੇ ਇਤਿਹਾਸ ਬਾਰੇ। ਪਹਿਲਾਂ ਵੀ ਜਾਣਦੀ ਹੈ ਪਰ ਹੋਰ ਜ਼ਿਆਦਾ ਆਪਣੇ ਇਤਿਹਾਸ ਬਾਰੇ ਜਾਣਨ ਦਾ ਮੌਕਾ ਮਿਲਿਆ। ਬਹੁਤ ਬਹੁਤ ਜ਼ਿਆਦਾ ਖੁਸ਼ੀ, ਬਹੁਤ ਵੱਧ ਤੋਂ ਵੱਧ ਲੋਕ ਆ ਗਏ ਇਸ ਮੂਵੀ 'ਚ। ਸੋ ਕੌਮ ਨੂੰ ਅਤੇ ਲੋਕਾਂ ਨੂੰ ਕੀ ਅਪੀਲ ਕਰਦੇ ਹੋ ਤੁਸੀਂ? ਵੱਧ ਤੋਂ ਵੱਧ ਸਪੋਰਟ ਕਰੋ ਇਸ ਮੂਵੀ ਨੂੰ, ਆ ਕੇ ਦੇਖੋ। ਬਹੁਤ ਬਹੁਤ ਧੰਨਵਾਦ। ਸਰ, ਅੱਜ ਜਿਹੜੀ ਤੁਸੀਂ ਮਸਤਾਨੇ ਫਿਲਮ ਦੇਖ ਕੇ ਆਏ ਹੋ, ਇਹਦਾ ਕਿੱਦਾਂ ਦਾ ਤੁਹਾਨੂੰ ਫੀਲ ਹੋ ਰਿਹਾ ਅਤੇ ਕੀ ਵੇਖ ਕੇ ਤੁਹਾਡੇ ਅੰਦਰ ਮਹਿਸੂਸ ਹੋਇਆ ਤੁਹਾਨੂੰ? ਬਹੁਤ ਵਧੀਆ ਹੈ ਜੀ, ਇੱਕ ਸਿੱਖ ਇਤਿਹਾਸ 'ਤੇ ਫਿਲਮ ਬਣੀ, ਕਿਸ ਤਰ੍ਹਾਂ ਉਹਨਾਂ ਮਸਤਾਨਿਆਂ ਨੇ ਇੱਕ ਅਰਦਾਸ ਦੇ ਉਸ ਟਾਈਮ ਇੰਨਾ ਜ਼ਿਆਦਾ ਮਾਹੌਲ ਐਕਸਾਈਟਡ ਹੋ ਗਿਆ, ਸਾਰੇ ਅੱਖਾਂ ਦੇ ਵਿੱਚ ਅੱਥਰੂ ਸੀ ਜਿਸ ਟਾਈਮ ਉਹਨਾਂ ਅਰਦਾਸ ਕਰਕੇ ਕਿਸ ਤਰ੍ਹਾਂ ਹਕੂਮਤ ਦੇ ਨਾਲ ਲੜੇ ਨੇ। ਪੰਜ ਮਸਤਾਨੇ, ਪੰਜ ਸਿੰਘ, ਪੰਜ ਪਿਆਰਿਆਂ ਦੇ ਰੂਪ ਦੇ ਵਿੱਚ ਬਹੁਤ ਵਧੀਆ। ਹੋਰ ਬੱਚੇ ਫੈਮਿਲੀ ਦੇ ਨਾਲ ਆਏ। ਸੈਂਸਰ ਬੋਰਡ ਨੂੰ ਵੀ ਤੁਸੀਂ ਕੋਈ ਅਪੀਲ ਕਰਨਾ ਚਾਹੋਗੇ, ਕਿਉਂਕਿ ਪਹਿਲੀ ਵਾਰ ਹੋਇਆ ਕੋਈ ਪੜਦੇ 'ਤੇ ਐਸੀ ਫਿਲਮ ਦਿਖਾਈ ਗਈ? ਬਿਲਕੁਲ ਜੀ, ਬਿਲਕੁਲ। ਸੈਂਸਰ ਬੋਰਡ ਨੂੰ ਆਪਣਾ ਪੁਰਜ਼ੋਰ ਬੇਨਤੀ ਅਪੀਲ ਹੈ ਕਿ ਉੱਥੇ ਜੋ ਇਹ ਫਿਲਮ ਨੂੰ ਉਠਾਇਆ ਜਾਵੇ। ਸੋ ਹੋਰ ਪਰਿਵਾਰਾਂ ਨੂੰ, ਤੁਸੀਂ ਸਿੱਖ ਪਰਿਵਾਰਾਂ ਨੂੰ, ਹੋਰ ਧਰਮ ਦੇ ਲੋਕਾਂ ਨੂੰ ਅਪੀਲ ਕਰੋਗੇ ਕੁਝ ਦੇਖਣ ਵਾਸਤੇ? ਬਿਲਕੁਲ ਜੀ, ਬਿਲਕੁਲ। ਸਾਰੇ ਪੁਰਾਤਨ ਕਮਿਊਨਿਟੀ ਦੀ ਇਕੱਠੀ, ਸਿੱਖ ਕਮਿਊਨਿਟੀ ਦੇ ਨਹੀਂ, ਸਾਰੀ ਕਮਿਊਨਿਟੀ ਦੀ ਇਕੱਠੀ ਫਿਲਮ ਹੈ। ਇਸ ਤਰ੍ਹਾਂ ਹੀ ਦੇਖੋ, ਤੁਹਾਡੇ ਬੱਚੇ ਨਾਲ ਲੈ ਕੇ ਆਏ ਆ, ਦੇਖੋ ਸਾਰੇ ਪਰਿਵਾਰ ਦੇ ਨਾਲ, ਮਸੀਹ ਨਾਲ ਆਈਏ, ਸਾਰੇ ਪਰਿਵਾਰ ਦੇ ਨਾਲ ਇੱਕ ਇਤਿਹਾਸਿਕ ਮੂਵੀ ਦੇਖਣੀ ਚਾਹੀਦੀ। ਕਿਸੇ ਲਈ ਨਹੀਂ ਵੇਖਣੀ, ਸਿਨੇਮਿਆਂ ਨੇ ਵੇਖਣੀ, ਆ ਕੇ ਸਿਨੇਮਿਆਂ ਜਾ ਕੇ ਵੇਖਣ, ਤਾਂ ਕਿ ਕਲਾਕਾਰਾਂ ਦਾ ਹੌਸਲਾ ਵੱਧ ਸਕੇ। ਇਤਿਹਾਸ ਨਾਲ ਜੁੜਨਾ ਬਹੁਤ ਵਧੀਆ ਮੌਕਾ ਮਿਲਿਆ, ਬਹੁਤ ਵਧੀਆ। ਜੇ ਅੱਜ ਆਪਾਂ ਇਹਨਾਂ ਨੂੰ ਦੇਵਾਂਗੇ ਅੱਗੇ ਤੋਂ, ਸਾਨੂੰ ਹੋਰ ਵਧੀਆ ਤੋਂ ਵਧੀਆ ਫਿਲਮਾਂ ਵੇਖਣ ਨੂੰ ਮਿਲਿਆ। ਜੇ ਅਸੀਂ ਅੱਜ ਹੀ ਘਰੇ ਬਹਿ ਕੇ ਡਾਊਨਲੋਡ ਕਰਕੇ ਵੇਖਦੇ ਹਾਂ, ਫਿਰ ਕਲਾਕਾਰਾਂ ਨੂੰ ਵੀ ਕਿਵੇਂ ਹੌਸਲਾ ਮਿਲੇਗਾ ਵੀ ਉਹ ਅੱਗੇ ਤੋਂ ਵਧੀਆ ਚੀਜ਼ ਪੇਸ਼ ਕਰਨਗੇ? ਠੀਕ ਹੈ। ਸੋ ਬਹੁਤ ਹੀ ਇੱਕ ਭਾਵੁਕ ਅਤੇ ਸਿੱਖ ਕੌਮ ਦੇ ਨਾਲ ਜਿਹੜੀ ਜੁੜੀ ਹੋਈ ਜਿਹੜੀ ਸਟੋਰੀ ਦਿਖਾਈ ਗਈ, ਛੋਟੇ ਛੋਟੇ ਬੱਚੇ ਪਰਿਵਾਰ ਜਿਹੜੇ ਲੈ ਕੇ ਇੱਥੇ ਪਹੁੰਚੇ, ਸੋ ਅਸੀਂ ਅਪੀਲ ਕਰਦੇ ਹਾਂ ਬੱਚਿਆਂ ਨੂੰ, ਕਿੱਦਾਂ ਦਾ ਅੱਜ ਦੇਖ ਕੇ ਕਿੱਦਾਂ ਦਾ ਲੱਗਾ ਅੱਜ ਇੱਥੇ ਫਿਲਮ ਨੂੰ ਦੇਖਿਆ ਤੁਸੀਂ? ਕੀ ਵੇਖਣ 'ਚ ਮਿਲਿਆ ਤੁਹਾਨੂੰ, ਕੀ ਇਹ ਕੀ ਬਤਾਇਆ ਗਿਆ ਸੀ ਫਿਲਮ? ਸੋ ਇਹ ਬਹੁਤ ਵਧੀਆ ਚੀਜ਼ ਆ ਕਿ ਇਹਨਾਂ ਨੌਜਵਾਨਾਂ ਨੂੰ ਪਰਿਵਾਰ ਲੈ ਕਰਕੇ ਇੱਥੇ ਪਹੁੰਚ ਰਹੇ ਨੇ, ਇਹਨਾਂ ਨੂੰ ਇਹ ਫਿਲਮ ਦਿਖਾਈ ਜਾ ਰਹੀ ਹੈ। ਇੱਕ ਤਰਾਜਦੀ ਸੀ, ਐਸੀਆਂ ਫਿਲਮਾਂ ਆਉਣੀਆਂ ਬੜੀਆਂ ਵੱਡੀਆਂ ਸਾਡੀਆਂ, ਸਾਡੇ ਲਈ ਕਾਮਯਾਬੀ ਆ। ਸੋ ਇੱਦਾਂ ਦੀਆਂ ਹੋਰ ਜਿਹੜੀਆਂ ਸੀ, ਅਸੀਂ ਸੈਂਸਰ ਬੋਰਡ ਨੂੰ ਅਪੀਲ ਵੀ ਕਰਾਂਗੇ ਕਿ ਤੁਸੀਂ ਪਰਿਵਾਰਾਂ ਸਮੇਤ ਇੱਦਾਂ ਦੀਆਂ ਫਿਲਮਾਂ ਨੂੰ ਲੈ ਕੇ ਆਓ, ਤਾਂ ਜੋ ਸਾਡੇ ਅੱਜ ਕੌਮ ਦੇ ਵਿੱਚ, ਅੱਜ ਸਮਾਜ ਦੇ ਵਿੱਚ ਸਾਡੇ ਵਿਰਸੇ ਨੂੰ ਜਿਹੜਾ ਕਿ ਰੁਲਦਾ ਜਾ ਰਿਹਾ ਉਹਨੂੰ ਸੰਭਾਲਿਆ ਜਾ ਸਕੇ। ਤੁਸੀਂ ਦੇਖ ਰਹੇ ਹੋ ਫਿਰੋਜ਼ਪੁਰ ਤੋਂ ਸੁਖਵਿੰਦਰ ਸ਼ਾਂਤ, ਕੈਮਰਾਮੈਨ ਸੋਨੂ ਅਟਵਾਲ ਦੇ ਨਾਲ। ਧੰਨਵਾਦ।